ਤੇ ਉਹਨੇ ਮਫਲਰ ਮੇਰੇ ਗਲ 'ਚ ਪਾਇਆ ਤੇ ਮੇਰਾ ਗਲ ਟੁੱਟਿਆ ਤੇ ਨਾਲੇ ਉਹਨਾਂ ਨੇ ਮੇਰੇ ਮੂੰਹ 'ਚ ਰੁਮਾਲ ਦੇ ਤਾ ਕਿ ਮੈਂ ਬੋਲ ਨਾ ਸਕਾਂ ਨਾਲੇ ਮੇਰੇ ਚਪੇੜਾਂ ਮਾਰੀਆਂ ਫਿਰ ਮੈਨੂੰ ਧੁੰਦੇ ਧੁੰਦੇ ਉਹ ਲੈ ਗਏ ਬਾਹਰ ਫਿਰ ਮੇਰੇ ਡੈਡੀ ਨੇ ਆਪਣੇ ਆਪ ਨੂੰ ਬਚਾਉਣ ਲਈ ਉੱਤਰ ਨੂੰ ਸ਼ੂਟ ਕੀਤਾ ਤੇ ਫਿਰ ਮੇਰੇ ਡੈਡੀ ਭੱਜੇ ਮੋਟਰ ਵਾਲ ਨੂੰ ਤੇ ਪਿੱਛੇ ਪਿੱਛੇ ਭੱਜੇ ਜਿੰਨੇ ਭੱਜੇ ਫਿਰ ਮੇਰੇ ਡੈਡੀ ਨੇ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੇ ਸ਼ੂਟ ਕੀਤਾ। पिछले दिन गुरदासपुर के पिंड बल्लड़वाल च इको परिवार के चार मैंबरां दी कतल किए जाने का मामला सामने आया सी जिस विच हुण नवा मोड़ आउंदा होया नजर आ रहा। जी हाँ, दरअसल इस वारदात नूं अंजाम देण वाले मुख मुलजम दी धी पहली बार मीडिया सामने पेश हुई है। उसने इल्जाम लगाया कि जिस परिवार के चार मैंबर कतल किए गए ने उन्होंने पुत वालों उस नूं जबरदस्ती मोटर ते ले जाके गैंग रेप किया गया है। इस दे नाल ही उसने दस्या कि जो इस बारे उसके पिता नूं पता लग्या तां उस नौजवान नूं समझाउण लई गए तां नौजवान अते उसके परिवारक मैंबरां वालों पिता नूं चारे पासे तों घेरा पा के हमला कर दिता गया जिस तों बचण लई उसके पिता ने फायरिंग की है। पहले मैसेज वगैरह कर दिया मैसेज वगैरह करता ही तो बड़ी अरी समझाया भी मेरे घरदिया ने मेरे अपने डैडी ने आन के बड़ी अरी समझाया ही उन्होंने कि मैसेज ना करया करो मैसेज ना करया करो बड़ी अरी समझाया ही आन के उन्होंने पर नहीं समझता ही मुंडा। तो उस तो बाद फिर उदन राती साढ़े घर आया तो उन्हें मफलर मेरे गल च पाया तो मेरा गल टुटिया तो नाले उन्होंने मेरे मुँह से रुमाल देता कि मैं बोल ना सका नाले मेरे चपेड़ा मारियाँ फिर मैंने धुंदे धुंदे वो लै गए बाहर गेट में ते गेट चो बाहर लैके जाके उन्होंने मैं हांडे ते बिठाया ते उत्थे मोटर ते लैके गए ते अगे होर भी मुंडे ही इन्हां दे दोस्त जिहड़े लै अगे खलोते ही एक दा नाम जस सी एक दा नाम सनी ही ते एक उन्हां दा भरा ही अपना ਗੋਲੀਆਂ ਮਾਰੀਆਂ। ਆਪਾਂ ਕਹਿੰਦੇ ਹਾਂ ਕਿ ਉਹ ਗਲਤ ਕੰਮ ਆ ਆਪਾਂ ਵੀ ਕਹਿੰਦੇ ਹਾਂ ਕਿ ਜਦੋਂ ਕਿਸੇ ਦੇ ਘਰ ਦਾ ਜੀਅ ਮਾਰਦਾ ਉਹਨੂੰ ਦੁੱਖ ਹੁੰਦਾ ਪਰ ਇਹ ਵੀ ਸੋਚਣਾ ਚਾਹੀਦਾ ਕਿ ਅਗਲੇ ਦੇ ਪਿਓ ਨੂੰ ਕਿੰਨਾ ਗੁੱਸਾ ਚੜਿਆ ਹੋਊਗਾ ਉਸ ਟਾਈਮ 'ਤੇ ਕਹਿੰਦੇ ਕਿ ਸਾਡਾ ਉਹ ਹੋਵੇ ਜੋ ਆਪਾਂ ਇੱਥੇ ਹਸਪਤਾਲ ਕਰਵਾਉਣ ਆਏ ਆਪਣਾ ਮੈਡੀਕਲ ਉਹ ਹੋਵੇ ਪਰ ਇੱਥੇ ਕਰ ਨਹੀਂ ਦਿਆ ਕੋਈ ਕਿ ਮੇਰੇ ਮਾਂ ਪਿਓ ਨੂੰ ਤਾਂ ਛੱਡਣ ਪਿਓ ਨੂੰ ਤਾਂ ਭਾਵੇਂ ਨਾ ਹੀ ਆਪਾਂ ਕਹਿੰਦੇ ਪਰ ਸਾਡੀ ਮੰਮੀ ਨੂੰ ਤਾਂ ਛੱਡਣਾ ਚਾਹੀਦਾ ਜਿਹਨੂੰ ਝੂਠੇ ਇਲਜ਼ਾਮ ਵਿੱਚ ਸਾਡਾ ਉਹਨਾਂ ਦਾ ਨਾਂ ਲਿਖਵਾਇਆ ਵਾ ਚਾਚੇ ਦਾ ਵੀ ਨਾਲ ਉਹਨਾਂ ਨੇ ਤਾਂ ਕੁੱਖ ਨਹੀਂ ਕੀਤਾ ਉਹਨਾਂ ਨੇ ਤਾਂ ਗੋਲੀ ਨਹੀਂ ਮਾਰੀ ਉਹਨਾਂ ਨੇ ਗੋਲੀ ਥੋੜ੍ਹੀ ਮਾਰੀ ਜਾਂ ਉਹਨਾਂ ਨੇ ਕਿਹਾ ਹੋਵੇ ਕਿ ਜਾਓ ਗੋਲੀ ਮਾਰ ਕੇ ਆਓ ਉਦੋਂ ਤਾਂ ਆਪਾਂ ਹੀ ਇੰਨੇ ਸੀ ਕਿ ਉਦੋਂ ਤਾਂ ਡੈਡੀ ਆਣ ਕੇ ਪਹਿਲਾਂ ਮੈਨੂੰ ਮਾਰਨ ਲੱਗਾ ਅਤੇ ਉਹ ਤੋਂ ਬਾਅਦ ਸਿੱਧਾ ਹੀ ਜਦੋਂ ਮੇਰੇ ਮੂੰਹ 'ਚ ਨਾਂ ਸੁਣਿਆ ਉਹਦਾ ਮੁੰਡੇ ਦਾ ਲੈ ਕੇ ਅਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਇੱਦਾਂ ਇੱਦਾਂ ਤੁਹਾਡੇ ਮੁੰਡੇ ਨੇ ਕੀਤੀ ਅਤੇ ਉਹ ਕਹਿੰਦੇ ਕਿ ਨਹੀਂ ਸਾਡੇ ਮੁੰਡੇ ਨੇ ਨਹੀਂ ਇੱਦਾਂ ਕੀਤਾ ਆਪਣੀ ਕੁੜੀ ਨੂੰ ਸਮਝਾਓ ਜਾ ਕੇ ਤੁਹਾਡੀ ਕੁੜੀ ਹੋਣੀ ਅਤੇ ਉਹਨਾਂ ਨੇ ਜਦੋਂ ਫਿਰ ਕਿਹਾ ਕਿ ਨਹੀਂ ਅਤੇ ਆਪਣੇ ਮਤਲਬ ਕਿ ਮੁੰਡੇ ਨੂੰ ਸਮਝਾ ਲਓ ਅਤੇ ਉਹਨਾਂ ਨੇ ਅੱਗਿਓਂ ਸਮਝਾਉਣ ਦੀ ਥਾਂ 'ਤੇ ਅਤੇ ਮੇਰੇ ਡੈਡੀ ਨੂੰ ਘੇਰਾ ਬਣਾ ਕੇ ਖਲੋਗੇ ਕਿ ਆਪਾਂ ਹੁਣ ਤੇਰੇ ਉੱਤੇ ਕੋਈ ਵੀ ਇਲਜ਼ਾਮ ਲਗਾ ਸਕਦੇ ਪੁਲਿਸ ਨੂੰ ਬੁਲਾ ਕੇ ਅਤੇ ਫਿਰ ਮੇਰੇ ਡੈਡੀ ਨੇ ਆਪਣੇ ਆਪ ਨੂੰ ਬਚਾਉਣ ਲਈ ਉੱਤਰ ਨੂੰ ਸ਼ੂਟ ਕੀਤਾ ਅਤੇ ਫਿਰ ਮੇਰੇ ਡੈਡੀ ਭੱਜੇ ਮੋਟਰ ਵਾਲ ਨੂੰ ਅਤੇ ਪਿੱਛੇ ਪਿੱਛੇ ਭੱਜੇ ਜਿੰਨੇ ਭੱਜੇ ਫਿਰ ਮੇਰੇ ਡੈਡੀ ਨੇ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੂੰ ਸ਼ੂਟ ਕੀਤਾ। ਉੱਧਰ ਮ੍ਰਿਤਕਾਂ ਦੇ ਪੀੜਤ ਪਰਿਵਾਰ ਨੇ ਇਸ ਤੋਂ ਪਹਿਲਾਂ ਹੀ ਬਿਆਨ ਦੇ ਕੇ ਕਿਹਾ ਸੀ ਕਿ ਆਪਣੇ ਬਚਾਅ ਲਈ ਦੂਜੀ ਧਿਰ ਵੱਲੋਂ ਕੁੜੀ ਮੁੰਡੇ ਦੇ ਪ੍ਰੇਮ ਸੰਬੰਧਾਂ ਦੀ ਜਾਣ ਬੁੱਝ ਕੇ ਗੱਲ ਬਣਾਈ ਜਾ ਰਹੀ ਹੈ ਜੋ ਕਿ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਪੈਲੀ ਦੀ ਵੱਟ ਨੂੰ ਲੈ ਕੇ ਹੀ ਮੁੱਖ ਮੁਲਜ਼ਮ ਸੁਖਜਿੰਦਰ ਸੋਨੀ ਵੱਲੋਂ ਉਹਨਾਂ ਦੇ ਚਾਰ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਧਰਨਾ ਇੱਕ ਚਾਲੀ ਘੰਟੇ ਹੋ ਗਿਆ ਭਾਅ ਜੀ ਕਤਲ ਹੋਇਆ ਨੂੰ। ਚਾਰ ਮੇਰੇ ਘਰੋਂ ਜੀ ਗਏ ਆ, ਮੇਰੇ ਘਰ ਦਾ ਘੁਰਿਆ ਨਹੀਂ, ਠੀਕ ਆ। ਇਹਨਾਂ ਨੇ ਸੀਗਾ ਮੇਨ ਦੋਸ਼ੀ ਨਹੀਂ ਫੜੇ ਪੁਲਿਸ ਨੂੰ, ਤੁਸੀਂ ਇਹਦਾ ਕਰਕੇ ਧਰਨਾ ਲਾਇਆ, ਧਰਨਾ ਤਦ ਲਾਇਆ ਉਹ ਮੇਨ ਦੋਸ਼ੀ ਫੜ ਦੇਣ ਧਰਨਾ ਚੁੱਕ ਲਿਆ। ਇੱਕੋ ਹੀ ਮੇਰੀ ਗੱਲ ਕਰਦਾ ਕਿ ਇੱਕ ਐਸਾ ਕਿਹੜਾ ਇਹ ਗੱਲ ਹੋ ਗਈ ਸੀਗੀ ਇੱਕ ਕਤਲ ਦੇ ਉੱਤੇ ਤੁਹਾਨੂੰ ਲੱਗਦਾ ਕਿ ਉਹ ਹਾਲਾਤ ਬਣ ਗਏ ਇਹ ਬਣ ਲੱਗਿਆ ਕਤਲ? ਕੋਈ ਪਤਾ ਨਹੀਂ ਲੱਗਦਾ ਜਦੋਂ ਇਹ ਬੰਦਾ ਕੋਈ ਕਤਲ ਕਰਦਾ ਵਾ ਇਹਨੂੰ ਦੱਸ ਕੇ ਨਹੀਂ ਕਰਦਾ। ਸਾਨੂੰ ਕੋਈ ਖੁਦ ਨਹੀਂ ਅਸੀਂ ਤਾਂ ਮੈਂ ਮੇਰਾ ਭਰਾ ਮੇਰਾ ਭਤੀਜਾ ਉਸ ਟਾਈਮ 'ਤੇ ਉੱਥੇ ਮੈਂ ਥੋੜ੍ਹਾ ਜਿਹਾ ਪਰੇ ਪਾਣੀ ਵੇਖਣ ਗਿਆ ਥੋੜ੍ਹਾ ਜਿਹਾ ਦਾ ਕਰਮਾ ਪਿੱਛੇ ਅਤੇ ਉਹਦੇ ਕਰਦਿਆਂ ਕਰਦਿਆਂ ਨੂੰ ਇਹ ਆਣ ਕੇ ਦੋਵੇਂ ਭਰਾ ਪਹਿਲੋਂ ਮੇਰੇ ਭਰਾ ਦੇ ਗੋਲੀ ਮਾਰੀ ਜਿਹਦੇ ਬਾਂਹ ਵੱਜੀ ਉਹ ਭੱਜ ਕੇ ਸੈਰ ਨੂੰ ਹੋਇਆ ਮੇਰਾ ਨੂੰ ਹੋਇਆ ਅਤੇ ਇਹਨੇ ਮੇਰੇ ਭਰਾ ਦੁੱਖ ਲਟਾ ਲਿਆ ਇਹਦੇ ਸਾਥੀ 'ਤੇ ਚੜ੍ਹ ਕੇ ਇਹਨੇ ਗੋਲੀਆਂ ਮਾਰੀ। ਕੌਣ ਸੀ ਮਰਨ ਵਾਲੇ? ਹਾਂਜੀ ਮਰਨ ਵਾਲੇ ਕੌਣ ਸੀ? ਸੁਖਵਿੰਦਰ ਸਿੰਘ ਮੇਰਾ ਭਰਾ ਸੀ, ਭਤੀਜੇ ਮੇਰਾ ਸੱਟਾਂ ਇੱਥੇ ਲੱਗੀਆਂ ਗੋਲੀਆਂ, ਠੀਕ ਆ। ਬਾਅਦ ਦੇ ਵਿੱਚ ਮੇਰਾ ਭਰਾ ਅਤੇ ਮੇਰਾ ਲੜਕਾ ਆਇਆ ਮੋਟਰਸਾਈਕਲ 'ਤੇ, ਠੀਕ ਆ। ਇਹਦੇ ਭਰਾ ਜੋਤੀ ਨੇ ਫੜ ਕੇ ਖੁਦ ਕੋਲ ਰਿਵਾਲਵਰ ਖੋਹ ਕੇ ਉਹਨਾਂ ਦੋਵਾਂ ਦੇ ਗੋਲੀ ਮਾਰ ਦਿੱਤੀ।
ਤੁਹਾਨੂੰ ਲੱਗਦਾ ਕਿ ਜਿਹੜਾ ਲੜਕੇ ਲੜਕੀ ਦਾ ਮਾਮਲਾ ਆ ਰਿਹਾ ਲੜਕੇ ਦਾ ਉਹ ਇਹ ਜਾਣ ਬੁੱਝ ਕੇ ਕੇਸ ਫਸਾਉਣ ਨੂੰ ਸਾਨੂੰ ਕਰਦੇ ਵੀ ਇਹ ਸਾਡੇ ਨਾਲ ਰਾਜੀਨਾਮਾ ਕਰ ਤਾਂ ਤੁਹਾਨੂੰ ਕੋਈ ਇੱਦਾਂ ਦਾ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਕੋਈ ਧਮਕੀਆਂ ਵੀ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਵੀ ਇਹ ਜਿਹੜੇ ਚਾਰੇ ਬੰਦੇ ਉਹ ਵੀ ਮਾਰਦੇ ਨੇ ਜਿਹੜੇ ਜ਼ਖਮੀ ਨੇ ਉਹਨਾਂ ਦੇ ਕੀ ਹਾਲ ਆ ਇਸ ਵੇਲੇ ਉਹ ਦਾਖਲ ਆ ਜੀ ਭਾਅ ਜੀ ਉਹਨਾਂ ਦਾ ਮੰਦਾ ਹਾਲ ਤੁਹਾਡਾ ਹੁਣ ਅਖੀਰੀ ਫੈਸਲਾ ਕੀ ਅਖੀਰੀ ਫੈਸਲਾ ਇਹੋ ਹੀ ਆ ਮੇਨ ਦੋਸ਼ੀ ਫੜੇ ਜਾਣਾ ਤਾਂ 74 ਮਿਲੇ इस मामले संबंधी पुलिस का कहना है कि उन्होंने वालों मुख्य मुलजम उसके एक साथी नु गिरफ्तार कर लिया गया है अते एक साथी इन्हां दा फरार हो गया है जिसनु लब्भण लई पुलिस टीम वालों लगातार कोशिश की जा रही है परचा दर्ज है जी दो बंदे गिरफ्तार है एक बंदा बाकी है उसकी भाल विच पुलिस छड़ी गई हुई है असी कार्रवाई कर रहे हैं सर जो धरना लगा हुआ तुम्हें किवें मतलब किवें समझा के चाहिए धरना स्पष्ट की सर कोई गल नहीं जी इन्हां नूं आपां पूरा आश्वासन दिंदे आ जो असी कीता दसांगे ते जो होर भी करना वी दसांगे की मतलब किन्नी देर तक अरेस्ट हो जाएगी साडियां पुलिस पार्टियां पक्ख वक्त दिशावां विच गईआं ने जल्दी अरेस्ट हो सर पता लगा सीगा उन्हें घरों के अपना रोंदा ते जिहड़ा बॉडी निकली गई सीगी शो कैसे गई सी साडा इन्वेस्टिगेशन दा पार्ट है मैं इन्वेस्टिगेशन कर रहा हूं इस बारे दस दी कि बीती 4 जुलाई नू पिंड बल्लड़वाल च इको परिवार दे 4 मेंबरां दा कतल कीता गया फिलहाल पुलिस वालों इस मामले दी तफ्तीश जारी है कि आखिरकार क्यों मुख मुलजम सोनी वालों 4 मेंबरां दा कतल कीता गया पर हस्पताल च जेरे इलाज नौजवान वालों पत्रकार नू दित्ती जानकारी मुताबिक घर दा एक नौजवान जो मौके ते ही घरों भज गया दे प्रेम संबंधा दुआले घूमदा है दर्दनाक हादसा कहा जा रहा है इस तो इलावा घर दी एक औरत वालों पहली नू पानी लाउण ते वट पाउण बारे भी दस्या जा रहा सी पर इलाके दे लोकां मुताबिक ए वारदात अणख दी खातर वापरी कही जा रही है गुरदासपुर तो रोहित गुप्ता पंजाबी लोक चैनल